अस्सलाम वालेकुम काश साहब, क्या हाल है? इलाम साहब की हाल है यार? ठीक हो? और सब खैर? की गल, बड़ा सुद्धा बैठा है, खैर है? बस यार एक वाकया होया, उनकी बात बड़ा परेशान है। अच्छा, की वाकया है? आ तुर्की जरा जल्दला आया है। ओए ओए यार, बाकी इनदी कोई ऐसी गल नहीं थी। वाकई बड़ा नुकसान होया है, तो पाकिस्तान च भी एक टाइम च आया सी, लेकिन ये सुनन च आया यार कि पाकिस्तान नु ज्यादा उनका नुकसान होया है। इमारतां सारियां हिल के रह गईयां, इमारतां तबाह दियां तबाह ही हो गईयां ने, निक्के निक्के बाल थले आ गए ने, कोई मर गया है, कोई बच गया, तो जिहड़े बच गए ने सुनन च आया कि उन्होंने वालदैन फौत हो गए ने। ਇਹ ਗੱਲ ਹਕੀਕਤ ਹੈ? ਬਿਲਕੁਲ ਹੈ ਜੀ, ਬਹੁਤ ਨੁਕਸਾਨ ਹੋਇਆ, ਬਹੁਤ ਨੁਕਸਾਨ ਹੋਇਆ। ਅੱਛਾ, ਇਹ ਕੁਦਰਤੀ ਆਪਾਤ ਨੇ ਜੀ, ਬਿਲਕੁਲ ਠੀਕ ਹੈ, ਅਤੇ ਜਿਹੜੀਆਂ ਅੱਲਾਹ ਤਾਲਾ ਤਰਫੋਂ ਆਉਂਦੀਆਂ ਨੇ, ਇਨਸਾਨ ਇਹਨੇ ਤੋਂ ਕੁਛ ਨਹੀਂ ਕਰ ਸਕਦਾ, ਬਿਲਕੁਲ ਠੀਕ ਹੈ, ਅਤੇ ਇੱਕ ਅਫਸੋਸ ਕਰ ਸਕਦਾ ਬੰਦਾ, ਅਫਸੋਸ ਠੀਕ ਹੈ, ਕਿਸੇ ਵਾਕਈ ਉਹਨੂੰ। ਮੈਂ ਇਹੀ ਸੋਚ ਰਿਹਾ ਸੀ, ਮੈਂ ਕਿਹਾ ਯਾਰ ਅਗਰ ਆਸਫ ਸਾਹਿਬ ਅੱਜ ਜਾਂਦੇ ਨੇ ਤਾਂ ਜੇ ਸਾਡੀ ਵੀਡੀਓ ਦਾ ਟੋਪਿਕ ਹੋਏਗਾ ਨਾ, ਉਹ ਇਹੀ ਹੋਏਗਾ। ਅਤੇ ਸਾਡਾ ਇਸ ਵੀਡੀਓ ਦਾ ਇੱਕ ਮਕਸਦ ਹੈ, ਮੈਂ ਇੱਕ ਮੈਸੇਜ ਮੈਂ ਦੇਣਾ ਚਾਹੁੰਦਾ ਆਸਫ ਭਾਈ ਦੇ ਥਰੂ, ਕਿ ਅਸੀਂ ਦੋਵੇਂ ਦੇ ਇੱਕ ਮੈਸੇਜ ਦੇਣਾ ਚਾਹੁੰਦੇ ਆਪਣੇ ਵਿਊਅਰਸ ਨੂੰ ਕਿ ਯਾਰ ਜਿਹੜਾ ਨਾ ਐਵੇਂ ਦੇ ਹਾਲਾਤਾਂ ਵਿੱਚ ਕੀ ਕਰਨਾ ਚਾਹੀਦਾ। ਆਸਾ ਤੁਹਾਡੇ ਸਾਹਮਣੇ ਪਾਕਿਸਤਾਨ ਦੇ ਵੀ ਸਾਰੇ ਜਿਹੜੇ ਆਪਣੇ ਸੈਲੈਬ੍ਰਿਟੀਜ਼ ਕਹਿ ਲਓ ਜਾਂ ਵੱਡੇ ਲੋਕ ਕਹਿ ਲਓ, ਬਿਲਕੁਲ ਐਵੇਂ ਦੇ ਅਫਾਜ 'ਚ ਤੁਸੀਂ ਉਹਨਾਂ ਨੂੰ ਕਿਵੇਂ ਵੇਖਦੇ ਜੋ ਕਿਵੇਂ ਕਰਦੇ ਨੇ, ਮਤਲਬ ਮਦਦ ਕਰਦੇ ਨੇ ਜਾਂ ਤੁਸੀਂ ਕੀ ਕਿਸ ਨਜ਼ਰੀਏ ਨਾਲ? ਯਾਰ ਮੈਂ ਤਾਂ ਇਹੀ ਵੇਖਿਆ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਨਾ ਜ਼ਿਆਦਾਤਰ ਆਵਾਮ ਜਿਹੜੀ ਨਾ ਉਹ ਇੱਕ ਦੂਜੇ ਦੀ ਹਮਦਰਦ ਹੁੰਦੀ ਹੈ। ਜਿਵੇਂ ਮਰਜ਼ੀ ਜਿੱਥੇ ਮਰਜ਼ੀ ਮੁਸ਼ਕਲ ਆ ਜਾਏ, ਆਵਾਮ ਜਿਹੜੀ ਵੱਧ ਚੜ੍ਹ ਕੇ, ਜਿੰਨੇ ਮਰਜ਼ੀ ਸਾਡੇ ਇਖਤਲਾਫਾਂ ਤੋਂ, ਲੇਕਿਨ ਆਵਾਮ ਜਿਹੜੀ ਨਾ ਉਹ ਮੁਸਲਮਾਨ ਹੋਵੇ ਸਹੀ, ਪਤਾ ਲੱਗੇ ਵੀ ਮੁਸਲਮਾਨ ਹੈ, ਉਹਦੀ ਮਦਦ ਕਰਦੇ ਨੇ। ਅਤੇ ਇਸ ਸੂਰਤ ਹਾਲ ਦੇ ਵਿੱਚ ਵੇਖਿਆ ਜਾਵੇ ਤਾਂ ਮੈਂ ਕਹਿੰਦਾ ਆਵਾਮ ਸਭ ਤੋਂ ਟੌਪ 'ਤੇ ਹੈ ਸਾਡੇ ਪਾਕਿਸਤਾਨ ਦੇ ਵਿੱਚ। ਅਤੇ ਅੱਜ ਤੁਸੀਂ ਅਗਰ ਤੁਰਕੀ ਦਾ ਜਾਇਜ਼ਾ ਲੈ ਲਓ, ਤੁਰਕੀ ਦੇ ਵਿੱਚ ਵੇਖੋ ਤੁਸੀਂ, ਜਿਵੇਂ ਅਰਤੁਗਰੁਲ ਗਾਜ਼ੀ ਡਰਾਮਾ ਹੈਗਾ, ਉਹਦਾ ਇੱਕ ਹੀਰੋ ਹੈ ਕਿ ਮੈਨੂੰ ਨਾਂ ਦਾ ਨਹੀਂ ਅੰਦਾਜ਼ਾ, ਲੇਕਿਨ ਮੈਂ ਉਹਨੂੰ ਸ਼ਕਲੋਂ ਯਾਨੀ ਕਿ ਮੈਂ ਵੇਖਿਆ ਵੀ ਇਹਦੀ ਵੀਡੀਓ ਵੀ ਹੁੰਦੀ ਦੇਖੀ ਹੈ, ਅਤੇ ਉਹ ਬੜੀ ਹੈਲਪ ਕਰਦਾ ਪਿਆ, ਖੁਦ ਜਾ ਕੇ ਜਿਹੜਾ ਨਾ ਉਹ ਸੁਣਿਆ ਕਿ ਜਿਹੜਾ ਨਾ ਉਹਨਾਂ ਦੀ ਮਦਦ ਕਰਦਾ ਪਿਆ, ਅਤੇ ਉਹਦਾ ਵੀ ਚਿਹਰਾ ਗਰਦੋ ਗੁਬਾਰ ਨਾਲ ਭਰਿਆ ਹੋਇਆ, ਲੇਕਿਨ ਉਹ ਜਿਹੜਾ ਨਾ ਰੋ ਰਿਹਾ, ਬੜੇ ਜਜ਼ਬਾਤ ਨੇ ਹੁੰਦੇ ਉਹਨਾਂ ਹਵਾਲੇ ਨਾਲ, ਅਤੇ ਹੋਣੇ ਵੀ ਚਾਹੀਦੇ ਨੇ। ਇੱਕ ਮੁਸਲਮਾਨ ਮੁਸਲਮਾਨ ਵਾਸਤੇ ਹਮਦਰਦੀ ਹੋਣੀ ਚਾਹੀਦੀ ਹੈ, ਖਾ ਉਹ ਕਿਸੇ ਰੰਗੋ ਨਸਲ ਦਾ ਹੋਵੇ, ਖਾ ਉਹ ਪੰਜਾਬੀ ਹੈ, ਸਿੰਧੀ ਹੈ, ਬਲੋਚੀ ਹੈ, ਜਾਂ ਕਿਸੇ ਵੀ ਅਰਬੀ ਹੈ, ਅਜਮੀ ਹੈ, ਜੋ ਵੀ ਹੈ, ਅਗਰ ਉਹ ਮੁਸਲਮਾਨ ਹੈ ਤਾਂ ਹੈਲਪ ਕਰਨੀ ਹੈ, ਬਲਕਿ ਮੁਸਲਮਾਨ ਕੀ ਕਿਸੇ ਇਨਸਾਨੀਅਤ ਦਾ ਬੰਦਾ ਮਰਦਾ ਹੋਵੇ ਤਾਂ ਉਹਦੀ ਵੀ ਹੈਲਪ ਕਰਨੀ ਚਾਹੀਦੀ ਹੈ, ਇਹ ਤਾਂ ਫਿਰ ਸਾਡੇ ਮੁਸਲਮਾਨ ਭਰਾ ਨੇ ਕੀ ਖਿਆਲ ਜੀ? ਬਿਲਕੁਲ ਐਵੇਂ ਕਹਿੰਦਾ ਜਿਹਨੇ ਇੱਕ ਇਨਸਾਨ ਦੀ ਜ਼ਿੰਦਗੀ ਬਚਾਈ, ਉਹਨੇ ਸਮਝ ਲਓ ਸਾਰੀ ਇਨਸਾਨੀਅਤ ਦੀ ਬਚਾਈ। ਬਿਲਕੁਲ ਐਵੇਂ ਗੱਲ, ਅਤੇ ਮਕਸਦ ਹੈ ਕਿ ਮੈਂ ਵੀ ਇਹੀ ਤੁਸੀਂ ਗੱਲ ਸਾਰੀ ਗੱਲ ਦਾ ਖੁਲਾਸਾ ਦੱਸਤਾ, ਮੈਂ ਥੋੜ੍ਹਾ ਜਿਹਾ ਹੋਰ ਮੁਕਤਸਰ ਇਹਨੂੰ ਕਰਾਂ ਕਿ ਯਾਰ ਕੋਈ ਐਵੇਂ ਦਾ ਕੋਈ ਵਾਕਿਆ ਜਿਹੜਾ ਹੁੰਦਾ ਨਾ, ਕੋਈ ਵਾਕਿਆ ਜਿਵੇਂ ਸਾਡੇ ਮੁਲਕ 'ਚ ਅਮੂਮਨ ਪਾਕਿਸਤਾਨ 'ਚ ਜਿਹੜਾ ਨਾ ਅਮੂਮਨ ਇਹ ਟਰੈਂਡ ਹੈਗਾ ਹਾਈ ਸਾਹਿਬ, ਕਿ ਕੋਈ ਅਗਰ ਮਸਲਾ ਹੋ ਜਾਂਦਾ ਨਾ, ਜਿਹੜੇ ਸਾਡੇ ਵੱਡੇ ਲੋਕ ਨੇ, ਜਿਹੜੇ ਸਭ ਇਸਤਤਾਤ ਲੋਕ ਨੇ, ਇੱਕ ਤਾਂ ਗਰੀਬ ਆਵਾਮ ਹੈ ਨਾ, ਜਿਵੇਂ ਅਸੀਂ ਆਇਆ ਸਾਡੇ ਲੋਕ ਦੂਸਰੇ ਨੇ, ਉਹ ਤਾਂ ਚਲੋ ਇਜ਼ਹਾਰ ਕਰ ਲੈਂਦੇ ਨੇ ਕਿ ਚਲੋ ਠੀਕ ਹੈ ਯਾਰ ਮਸਲਾ ਹੋਇਆ, ਗਮ ਇੱਕ ਪਰੇਸ਼ਾਨੀ ਦਾ ਲਮ੍ਹਾ ਹੈ, ਲੇਕਿਨ ਆਸਫ ਸਾਹਿਬ ਜਿਹੜੇ ਅਮੀਰ ਲੋਕ ਨੇ, ਜਿਹੜੇ ਮਦਦ ਕਰ ਸਕਦੇ ਨੇ, ਕਰ ਸਕਦੇ, ਉਹਨਾਂ ਦਾ ਖਾਲੀ ਇਜ਼ਹਾਰ ਯਕਜਾਦੀ ਕਰਨਾ ਨਹੀਂ ਬਣਦਾ, ਮਤਲਬ ਕਿ ਸਾਹਮਣੇ ਆਉਣਾ ਚਾਹੀਦਾ, ਸਾਹਮਣੇ ਆਉਣਾ ਚਾਹੀਦਾ, ਬਿਲਕੁਲ ਇਸ ਤਰ੍ਹਾਂ ਜਾ। ਉਹ ਮੈਂ ਨਿਊਜ਼ ਸੁਣ ਰਿਹਾ ਸੀ ਕਿ ਪਾਕਿਸਤਾਨੀ ਕੋਈ ਬੰਦਾ ਬਿਜ਼ਨਸਮੈਨ ਹੈਗਾ, ਅਤੇ ਉਹਨੇ ਤੁਰਕੀ ਦੇ ਵਿੱਚ ਜਿਹੜੀ ਤੁਰਕੀ ਦੀ ਜਿਹੜਾ ਅਮੈਰੀਕਨ ਅੰਬੈਸੀ ਹੈ ਨਾ, ਉਹਦੇ ਵਿੱਚ ਉਹਨੇ ਬਾਬਾ ਜੀ ਪਤਾ ਨਹੀਂ ਕਿੰਨੇ ਮਿਲੀਅਨ ਡਾਲਰ ਬੜੀ ਮਦਦ ਕੀਤੀ, ਅਤੇ ਉਹਨੇ ਆਪਣਾ ਨਾਮ ਨਹੀਂ ਸ਼ੋਅ ਕਰਾਇਆ, ਬੜੀ ਪਾਕਿਸਤਾਨ ਦਾ ਕੋਈ ਬਿਜ਼ਨਸਮੈਨ ਹੈ। ਇਹ ਅੱਲਾਹ ਦੇ ਨੇਕ ਬੰਦੇ ਨੇ ਜੀ, ਜਿਹਨਾਂ ਨੂੰ ਨਾ ਸ਼ੋਅ ਕਰਨ ਦੀ ਜ਼ਰੂਰਤ ਨਹੀਂ, ਅੱਲਾਹ ਨੇ ਦਿੱਤਾ ਹੀ ਇੰਨਾ ਹੋਇਆ ਕਿ ਉਹਨਾਂ ਨੂੰ ਨਾ ਸ਼ੋਅ ਕਰਨ ਦੀ ਲੋੜ ਹੀ ਕੋਈ ਨਹੀਂ ਪੈਂਦੀ, ਅੱਲਾਹ ਉਹਨਾਂ ਦਾ ਨਾਂ ਵੈਸੇ ਦਰਜਾਤ ਬੁਲੰਦ ਕਰ ਦਿੰਦਾ, ਦੁਨੀਆਂ 'ਚ ਵੀ ਕਰ ਦਿੰਦਾ, ਅਤੇ ਅੱਜ ਵੇਖੋ ਨਾ ਦੁਨੀਆਂ 'ਤੇ ਦਰਜਾਤ ਇਸ ਹਵਾਲੇ ਨੇ ਬੁਲੰਦ ਨੇ ਕਿ ਵੇਖੋ ਅੱਜ ਅੱਲਾਹ ਨੇ ਦਿੱਤਾ ਉਹਨਾਂ ਤੋਂ ਅੱਲਾਹ ਦੇ ਰਾਹ 'ਚ ਖਰਚ ਵੀ ਕਰਦੇ ਪਏ ਨੇ। ਇਸ ਕਰਕੇ ਸਾਨੂੰ ਤਮਾਮ ਜਿੰਨੇ ਵੀ ਅਮੀਰ ਹੈ, ਗਰੀਬ, ਜਿੰਨੀ ਵਸਤ ਹੈਗੀ ਹੈ, ਦੇਖੋ ਜੀ ਸੈਯਦਨਾ ਅਬੂ ਬਕਰ ਸਦੀਕ ਦਾ ਇੱਕ ਵਾਕਿਆ ਮੈਂ ਬਿਆਨ ਕਰਤਾ, ਜੋ ਬੜਾ ਮੁਨਾਸਿਬ ਇਸ ਜਗ੍ਹਾ ਦੇ ਉੱਤੇ, ਕਿ ਨਬੀ ਅਲੈਹਿ ਸਲਾਮ ਨੇ ਫਰਮਾਇਆ ਵੀ ਆਪਣੀ ਇਸਤਤਾਤ ਦੇ ਮੁਤਾਬਕ ਹਰ ਚੀਜ਼ ਲੈ ਕੇ ਆਉਣੀ ਹੈ, ਅਤੇ ਸੈਯਦਨਾ ਉਮਰ ਫਾਰੂਕ ਵੀ ਲੈ ਕੇ ਆਏ ਨੇ, ਅਤੇ ਸੈਯਦਨਾ ਅਬੂ ਬਕਰ ਸਦੀਕ ਵੀ ਸਮਾਨ ਲੈ ਕੇ ਆਏ ਨੇ, ਅਤੇ ਫਰਮਾਇਆ ਉਮਰ ਨੂੰ ਪੁੱਛਿਆ ਨਬੀ ਅਲੈਹਿ ਸਲਾਮ ਨੇ ਕਿ ਹਾਂ ਵੀ ਉਮਰ ਕੀ ਲੈ ਕੇ ਆਇਆ, ਉਹਨੇ ਫਰਮਾਇਆ ਅੱਧਾ ਮੈਂ ਆਪਣਾ ਸਮਾਨ ਘਰ ਰੱਖਿਆ ਹੈ, ਅਤੇ ਅੱਧਾ ਮੈਂ ਤੁਹਾਡੀ ਖਿਦਮਤ 'ਚ ਹਾਜ਼ਰ ਕਰ ਦਿੱਤਾ। ਅਤੇ ਅਬੂ ਬਕਰ ਸਦੀਕ ਰਜ਼ੀ ਅੱਲਾਹ ਤਾਲਾ ਉਹਨਾਂ ਨੂੰ ਪੁੱਛਿਆ ਗਿਆ, ਇਹ ਅਬੂ ਬਕਰ ਦੱਸ ਤੂੰ ਕੀ ਲੈ ਕੇ, ਉਹਨੇ ਫਰਮਾਇਆ ਮੈਂ ਅੱਲਾਹ ਤੇ ਅੱਲਾਹ ਰਸੂਲ ਘਰ ਛੱਡ ਗਿਆ, ਈਵਨ ਦੈਟ ਕਿ ਉਹਨਾਂ ਨੇ ਇੱਕ ਹੱਥ ਮਾਰ ਮਾਰ ਕੇ ਇੱਕ ਸੂਈ ਜਿਹੜੀ ਸੀ ਨਾ ਉਹ ਵੀ ਉਹਨਾਂ ਨੇ ਮਹਿਸੂਸ ਕੀਤੀ, ਅਗਰ ਹੋਈ ਤਾਂ ਉਹ ਵੀ ਮੈਂ ਨਬੀ ਦੀ ਖਿਦਮਤ ਦੇ ਵਿੱਚ ਪੇਸ਼ ਕਰ ਦਾਂਗਾ। ਅਤੇ ਦੇਖੋ ਉਹਨਾਂ ਦੇ ਜਜ਼ਬਾਤ ਇਹ ਸਨ, ਠੀਕ ਹੈ, ਉਹਨਾਂ ਨੇ ਆਪਣੀ ਵਸਤ ਦੇ ਮੁਤਾਬਕ ਬਹੁਤ ਕੁਛ ਕੀਤਾ, ਅਤੇ ਇਸੇ ਤਰੀਕੇ ਨਾਲ ਸਾਨੂੰ ਉਹਨਾਂ ਤੋਂ ਸਬਕ ਹਾਸਲ ਕਰਦੇ ਹੋਏ ਸਾਨੂੰ ਜਿਹੜਾ ਨਾ ਅੱਗੇ ਵਧਣਾ ਚਾਹੀਦਾ, ਸਾਡਾ ਉਹਨਾਂ ਦਾ ਮੁਕਾਬਲਾ ਹੋ ਹੀ ਨਹੀਂ ਸਕਦਾ, ਲੇਕਿਨ ਕਮ ਅਜ਼ ਕਮ ਅਸੀਂ ਇੰਨਾ ਤਾਂ ਕਰ ਸਕਦੇ ਹਾਂ ਨਾ ਕਿ ਯਾਰ ਅਗਰ ਉਹਨਾਂ ਦੀ ਤਾਲੀਮਾਤ ਉੱਤੇ ਪੈਰਵੀ ਕਰਕੇ ਉਹਨਾਂ ਨੂੰ ਫੋਲੋ ਕਰਦੇ ਹੋਏ ਅਸਰ ਅਸੀਂ ਅਗਰ ਅੱਗੇ ਵਧੀਏ ਤਾਂ ਹਰ ਮੁਸਲਮਾਨ ਨੂੰ ਅੱਗੇ ਵਧਣਾ ਚਾਹੀਦਾ। ਸਾਡੀ ਇਸ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ, ਮਤਲਬ ਕਿ ਦੇਖੋ ਅਸੀਂ ਪਿੰਡ ਥਾਂ ਦੇ ਲੋਕ ਹਾਂ, ਪਿੰਡ ਥਾਂ ਦੇ ਲੋਕ ਬਹੁਤ ਵੱਡੇ ਦਿਲ ਦੇ ਹੁੰਦੇ ਨੇ ਅਤੇ ਖੁੱਲ੍ਹੇ ਦਿਲ ਦੇ ਹੁੰਦੇ ਨੇ, ਇਹਨਾਂ ਵਿੱਚ ਬੁਗਜ਼ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਸ਼ਹਿਰਾਂ ਦੇ ਵਿੱਚ ਫਿਰ ਵੀ ਲੜਾਈ ਝਗੜੇ ਹੁੰਦੇ ਨੇ, ਅਤੇ ਇੱਥੇ ਪਿੰਡਾਂ ਥਾਵਾਂ ਦੇ ਵਿੱਚ ਅੱਲਾਹ ਦਾ ਸ਼ੁਕਰ ਹੈ ਕਿ ਲੋਕ ਇੱਕ ਦੂਜੇ ਨਾਲ
दूसरी जी गल दोस्तों यारो देखो कि मतलब जिमें मैं गल जो मेन मेरा टॉपिक मैं ही एक मैसेज देना चाह रहा वा कि जिमें साडे जो लोग ने मैं वड्डे लोगों की गल कर रहा जिमें एक्टर हो गए या जिमें सियासतदान हो गए जिन्हों को पैसा हैगा वो साडे जिहड़े हुण हीरो ने मिसाल है मैं एक गल उधर मोल्ड करना चाह रहा कि जिमें साडे एक्टर ने वड्डे वड्डे ठीक है जिन्हां दे मुख्तलिफ ने मैं किसी का स्पैसिफिक नाम नहीं लवांगा तो वो जिमें फॉर एग्जाम्पल सारे जाती कर देंगे ने लेकिन एवं दे मैदान च नहीं आते कोई मसलन साडे कोई सलाब आया पिछे तो एवं तो कोई बंदा नहीं अगे आया कि जिन्हें आ गया जिन्हें कोई पैसा हो लोगों की मदद की उन्होंने रहा हो अपने हत्थों हेल्प की हो जिमें उन्हें आसफ भाई ने डिस्कस अगर दसिया थानू कि जिम्मे ड्रामे का जो हीरो है ठीक है मतलब एक गल अच्छी लगी तो असं सोचा यार व्यूअर्स नाल शेयर करने एक टॉपिक अच्छा लगा कि यार वो बंदा मतलब जिमें मिसाल एक हाई लैवल का एक्टर है लेकिन वो मुसलमान है ठीक उन्होंने मुल्क मसला आया वो खुद गया उन्हें जाके उत्थे मतलब जिम्मे उनका फेस भाई दस रहे हैं भी मैं भी देखी वीडियो भी फेस उनका गंदा होया पाया सारा तो उनके कपड़े गंदे होए पे तो मदद करा रहा है तो रो रहा गया रहे मेरी आवाम ने मेरे भरा ने तो साडे भी लोगों को इस तरह करना चाहिए कि अल्लाह ना करे पहली गल कोई आफत आए क्यों जी आज साहब अगर आफत आती है तो सानू मुसलमानों सीखना चाहिए चीज़ा पाकिस्तानियों को कि असी भी जिम्मे एक दूजे की मदद करिए एक दूजे की मदद करिए ताकि मसले मसाइल के एक दूजे के दुख सुख के एक दूजे नाल होइए क्यों जा सकता कि जी चीज़ पॉजिटिव है ना उन्होंने अगे लैके आवो तो इस तरीके साढ़े जिम्मे हूँ मैं कुछ ये भी सुनने चाहिए कि साढ़े रेस्क्यू के वाले वो भी गए ने देखो जी जज्बा है सी वो गए ने मतलब कि साढ़े पाकिस्तान भी जिन्हें जोगा है वह हेल्प करता है तो इस तरीके तमाम जो वीडियो वेखन देने उन्होंने सानू यही उन्होंने वास्ते एक नसीहत है कि मतलब कि जो साढ़े मुल्क आया से तो सानू गैर मुल्कियों ने साड़ी हेल्प की तो सानू भी उन्होंने हेल्प करनी चाहिए वो साढ़े मुसलमान भरा ने और वैसे भी तुर्की हर जगह से साढ़े खड़ा होंगे क्यों काशिफ साहब बिल्कुल बिल्कुल ठीक गल है चाचा जी ताड़े दौर दे विच कोई जलजला आइंदा आया होवे कोई पता होवे कोई आया एक वारी आया अच्छा ए द्वारा जेडियां ने सारीयां हिलन लगदियां पर इन्ना नहीं आया जिन्ना उधर उधर हां जी बहुत तबाही हो इधर दा भांडे भूंडे जेड़े ने ओ खड़के ने मारे जे सही ते इन्ना नहीं आया जिन्नी जल्दी हो सकता है जिन्नी उन्हां दी हेल्प कीती जा सकती है जरूरी नहीं कि तुहाडे कोल ज्यादा पैसा हो ते फिर ही मदद करनी है मतलब जिन्नी तुहाडी जेब इजाजत दिंदी है एक मिसाल दिती है कि सैयदना उमर फारूक सैयदना अबू बकर सदीक दे हवाले नाल उन्हां दी जज्बा सी हां जी ठीक है उन्हां च एक जज्बा सी और नबी दे उह हवारी सन नबी अलैहि सलाम दे साथी सन प्यार करन वाले सन जाना कुरबान करन वाले सन ते अगर अज असी नबी दे पैरोकारां नूं फॉलो करदे होए अगर असी अपने मुसलमान भरावां दा हत्थ फड़ लैंदे आ ते मैं समझदा कि यार इस तों वड्डी नेकी कोई नहीं हैगी ठीक है इस तों वड्डा जज्बा हो ही नहीं सकदा और उन्हां दी हर हाल च हेल्प करनी चाहीदी है हर तरह दे तरीके दी मदद करनी चाहीदी है बाकी ਜਿਹੜਾ ਬੰਦਾ ਇਸ ਤੇ ਅਮਲ ਕਰੇਗਾ ਉਹਨੂੰ ਦੁਨੀਆ 'ਤੇ ਵੀ ਅਜਰ ਮਿਲ ਜਾਏਗਾ ਆਖਰਤ 'ਚ ਵੀ ਅੱਲਾ ਅਜਰ ਦੇ ਬਿਲਕੁਲ ਸਹੀ ਗੱਲ ਕਰ ਰਹੇ ਸਰ ਮੈਂ ਤਾਂ ਬੜੀ ਇਹ ਵੀਡੀਓ ਬਣਾਉਂਦੇ ਹਾਂ ਬੜੀ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਯਾਰ ਅਸੀਂ ਠੀਕ ਸ਼ੁਗਰ ਵੇਖ ਲਗਾਉਂਦੇ ਹਾਂ ਕਿ ਆਪਣੀ ਵਿਊਅਰਸ ਨੂੰ ਆਸਾਨ ਵਾਸਤੇ ਕਿ ਯਾਰ ਅੱਜ ਕੱਲ੍ਹ ਬੜਾ ਸਟ੍ਰੈਸ ਹੈ ਤੋ ਇੱਕ ਸ਼ੁਗਰ ਲੈ ਕੇ ਹਿੱਸਾ ਹੈ ਵੀ ਯਾਰ ਜੋ ਬੰਦਾ ਵੇਖੇ ਵੀਡੀਓ ਅਸੀਂ ਮਜ਼ਾਕ ਦੇਖ ਲੈ ਕਿ ਇੱਕ ਚੀਜ਼ਾਂ ਸੰਜੀਦਗੀ ਦਾ ਟੌਪਿਕ ਵੀ ਹੈ ਅਤੇ ਉਹ ਵੀ ਸਾਨੂੰ ਖੁਸ਼ੀ ਹੋ ਰਹੀ ਕਿ ਯਾਰ ਅਸੀਂ ਡਿਸਕਸ ਕਰੀਏ ਤਾਂ ਕਿ ਸ਼ਾਇਦ ਸਾਡੀ ਕੋਈ ਗੱਲ ਕਿਸੇ ਐਸੇ ਬੰਦੇ ਤੱਕ ਚਲੀ ਜਾਵੇ ਕਿ ਯਾਰ ਉਹ ਹਰ ਤਰ੍ਹਾਂ ਦੇ ਮਸਲੇ ਮਸਾਇਲ 'ਚ ਸਾਨੂੰ ਕੋਈ ਵੀ ਮੁਸਲਮਾਨ ਕਿਸੇ ਵੀ ਜਗ੍ਹਾ 'ਤੇ ਹੋਣ ਐ ਨਹੀਂ ਕਿ ਪਾਕਿਸਤਾਨ ਦੇ ਤੋ ਇੱਕ ਦੂਜੇ ਦੀ ਮਦਦ ਕਰਨੀ ਹੈ ਮਨ ਕੇ ਸਾਰੀ ਇਨਸਾਨੀਅਤ ਦੀ ਕੋ ਬੰਦੇ ਇੱਕ ਦੂਜੇ ਮਦਦ ਕਰਨ ਤਾਂ ਕਿ ਇਹਨਾਂ ਵਿੱਚ ਸਲਾਈ ਤਰ ਜਾ ਜਾਏਗਾ ਮਤਲਬ ਕਿ ਕੋਈ ਮੁਸਲਮਾਨ ਨਹੀਂ ਹੈ ਮੁਸਲਮਾਨ ਦਾ ਜਿਹੜਾ ਮੇਨ ਮਕਸਦ ਹੁੰਦਾ ਨਾ ਜਿਹੜਾ ਮੁਸਲਮਾਨ ਹੁੰਦਾ ਉਹ ਪੂਰੀ ਇਨਸਾਨੀਅਤ ਦੀ ਖਿਦਮਤ ਕਰਦਾ ਖਾਲੀ ਇੱਕ ਸਪੈਸੀਫਿਕ ਇੱਕ ਖਾਸ ਮਜ਼ਹਬ ਮਸਲਕ ਦੇ ਨਾਲ ਉਹ ਮੁਹੱਬਤ ਨਹੀਂ ਕਰਦਾ ਉਹ ਤਮਾਮ ਇਨਸਾਨੀਅਤ ਦਾ ਉਹ ਇਸ ਕ੍ਰਿਸਚਨ ਹੈ ਜੋ ਵੀ ਹੈ ਕੋਈ ਵੀ ਮਜ਼ਹਬ ਉਹਨਾਂ ਦਾ ਸਿੱਖ ਹੈ ਹਿੰਦੂ ਹੈ ਈਸਾਈ ਹੈ ਜੋ ਵੀ ਹੈ ਲੇਕਿਨ ਮੁਸਲਮਾਨ ਹੋਏਗਾ ਤਾਂ ਉਹ ਗਰੀਬ ਦੀ ਔਰ ਇਨਸਾਨੀਅਤ ਦੀ ਮਦਦ ਲਾਜ਼ਮੀ ਕਰੇਗਾ ਬਿਲਕੁਲ ਅਤੇ ਮੇਰੇ ਖਿਆਲ ਦੇ ਮੁਤਾਬਿਕ ਤਾਂ ਇਹ ਹੋਣਾ ਚਾਹੀਦਾ ਸਾਡੇ 'ਚ ਜਜ਼ਬਾ ਹੋਣਾ ਚਾਹੀਦਾ ਹੈ ਖਾਲੀ ਸਿਰਫ ਗੱਲਾਂ ਬਾਤੀ ਸਿਰਫ ਗੱਲ ਸੁਣ ਕੇ ਜਾਂ ਵੀਡੀਓ ਵੇਖ ਕੇ ਸਿਰਫ ਅਸੀਂ ਬਹਿਈਏ ਆਰਾਮ ਨਾਲ ਅਤੇ ਕਈ ਵੀਡੀਓ ਬਹੁਤ ਅੱਛੀ ਬਣੀ ਹੈ ਵੀਡੀਓ ਬਹੁਤ ਅੱਛੀ ਬਣੀ ਅਤੇ ਉਹਦੇ ਉੱਤੇ ਅਮਲ ਵੀ ਕਰਨਾ ਚਾਹੀਦਾ ਜੋ ਸਬਕ ਦਿੱਤਾ ਜਾ ਰਿਹਾ ਇਸ ਵੀਡੀਓ ਵਿੱਚ ਕਿਉਂ ਕਾਸ਼ਿਫ ਸਾਹਿਬ ਬਿਲਕੁਲ ਸਰ ਤੁਹਾਡੀ ਗੱਲ ਤੋਂ ਮੈਂ ਅਗਰੀ ਹਾਂ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਇਹੀ ਬਸ ਪੈਗਾਮ ਹੈ ਇਹੀ ਮੈਸੇਜ ਤੁਹਾਨੂੰ ਦੇਣਾ ਸਾਰੇ ਦੋਸਤਾਂ ਨੂੰ ਕਿ ਯਾਰ ਕੋਈ ਵੀ ਐਵੇਂ ਦਾ ਮਾਮਲਾ ਹੋਵੇ ਅੱਲਾ ਕਰੇ ਕੋਈ ਐਸੀ ਇਹ ਵੀਡੀਓ ਐਸੇ ਲੋਕਾਂ ਤੱਕ ਚਲੀ ਜਾਵੇ ਜਿਹੜੇ ਕਿ ਜਿਨ੍ਹਾਂ ਨੂੰ ਐਕਟ ਕਰਨਾ ਚਾਹੀਦਾ ਐਵੇਂ ਦੇ ਮਸਲੇ ਮਸਾਇਲ ਦੇ ਵਿੱਚ ਜੋ ਕਰਨ ਹੈਲਪ ਕਰਨ ਅਤੇ ਐਫਲ ਜੀ ਅਫਾਤ ਦੇ ਵਿੱਚ ਇੱਕ ਦੂਜੇ ਨਾਲ ਖੜੇ ਹੋਣ ਅਸਾਂ ਮਜ਼ੀਦ ਤੁਸੀਂ ਕੋਈ ਡਿਸਕਸ ਕਰਨਾ ਚਾਹੋ ਮੇਰਾ ਖਿਆਲ ਹੈ ਕਿ ਇੱਕ ਮੈਸੇਜ ਅਸੀਂ ਦੇਣਾ ਸੀ ਉਹ ਸਾਡਾ ਮੈਸੇਜ ਤੁਹਾਨੂੰ ਪਹੁੰਚ ਗਿਆ ਕਿ ਅੱਜ ਜਿਹੜੇ ਸਾਡੇ ਸਾਹਿਬ 44 ਲੋਕ ਨੇ ਉਹ ਐਵੇਂ ਦੇ ਮਸਲਿਆਂ ਵਿੱਚ ਜ਼ਰੂਰ ਖੜੇ ਹੋਣ ਉਹ ਇੱਕ ਸਾਡੇ ਵਾਸਤੇ ਮਿਸਾਲ ਹੈ ਬੰਦਾ ਜਿਹਨੇ ਉਸ ਮੁਸ਼ਕਲ ਘੜੀ ਦੇ ਵਿੱਚ ਆ ਕੇ ਉਹ ਨਾਲ ਲੱਗਾ ਆਪਣੇ ਮਜ਼ਦੂਰਾਂ ਹੈਲਪਰਾਂ ਦੇ ਨਾਲ ਉਹਨੇ ਕੰਮ ਕਰਾਇਆ ਸਾਡੇ ਵੀ ਲੋਕਾਂ ਨੂੰ ਇਸ ਤਰ੍ਹਾਂ ਚਾਹੀਦਾ ਕਿ ਮਤਲਬ ਕਿ ਉਹਦੇ ਹਵਾਲੇ ਨਾਲ ਇਸ ਅਸੀਂ ਡਿਸਕਸ ਕੀਤਾ ਉਹਨੂੰ ਦੇਖੋ ਸਾਡੇ ਵਾਸਤੇ ਹਸਤੀਆਂ ਸਾਡੇ ਸੈਯਦਨਾ ਅਬੂ ਬਕਰ ਸਾਡੇ
उमर फारूक ने, सईदना उस्मान ने, सईदना अली ने, लेकिन करंट वैल्यू के हिसाब से अगर देखा जाए कि देखो जी उन्होंने एक बड़ा फेमस बंदा होकर जरा वो अगर मदद करता पाया, तो इस करके अगर असं भी जिम्मे तुम मिसाल दी है जी, एक यूके का या अमेरिका का शायद बंदा है, उन्हें बड़ी पाकिस्तान बिजनेसमैन है, उन्हें जरा बड़ी हेल्प की है, मतलब मिलियन के हिसाब से हेल्प की, लेकिन ना नहीं शो किया। देखो जी ऐसे बंदे भी है, तो साढ़े भी जरूरी नहीं कि असं बहुत बड़े मालक होइए, जिन्हें वसत हैगी जिनकी इस्तात हैगी हेल्प करो तुम। तो उम्मीद है कि तुम्हें साड़ी वीडियो का पैगाम अच्छा लगेगा, और पैगाम अच्छा लगे साड़ी वीडियो में लाइक करो और दूसरे लोगों तक भी पहुँचाओ, ताकि शोर पैदा हो, लोगों के उन्होंने अवेयरनैस पैदा हो कि नहीं यार सानू गरीब मुसलमानों की मदद करनी चाहिए, कि वो हकदार ने। अस्सलाम वालेकुम, ठीक है।